ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੱਲਬਾਤ ਆਪਾਂ ਨੇ ਅੱਜ ਕਰਨੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਆਖਰੀ 15 ਦਿਨ, ਜਦੋਂ ਉਹਨਾਂ ਦਾ ਅਕਾਲ ਚਲਾਣਾ ਹੁੰਦਾ, ਉਸ ਤੋਂ ਪਹਿਲਾਂ ਉਹਨਾਂ ਦੇ ਦਿਨ ਕਿੱਦਾਂ ਬੀਤਦੇ ਅਤੇ ਉਹਨਾਂ ਨੇ ਆਖਰੀ ਸਮੇਂ ਦੇ ਵਿੱਚ ਕੀ ਮਤਲਬ ਕਿ ਕੀਤਾ। ਵੀਡੀਓ ਬੜੀ ਦਿਲਚਸਪ ਹੈ, ਜਾਣਕਾਰੀ ਭਰਪੂਰ, ਇਹਨੂੰ ਸਾਰੀ ਨੂੰ ਸੁਣਨਾ ਧਿਆਨ ਨਾਲ ਅਤੇ ਅੱਗੇ ਜ਼ਰੂਰ ਸ਼ੇਅਰ ਕਰਨਾ। ਸੋ ਅਗਰ ਆਪਾਂ ਮਹਾਰਾਜੇ ਦੀ ਰੋਜ਼ਮਰਾ ਦੀ ਦਰਬਾਰ ਦੀ ਕਾਰਵਾਈ ਅਤੇ ਉਹਨਾਂ ਦੇ ਵਿਅਕਤੀਤਵ ਜੀਵਨ ਉੱਪਰ ਨਜ਼ਰ ਮਾਰੀਏ ਤਾਂ ਇਹ ਤੋਂ ਸਪੱਸ਼ਟ ਤੌਰ 'ਤੇ ਨਜ਼ਰ ਆਉਂਦਾ ਕਿ ਮਹਾਰਾਜਾ ਸ਼ੇਰੇ ਪੰਜਾਬ ਸੀ ਜਿਹੜਾ, ਉਹ ਸਵੇਰੇ ਜਾਗਣਾ, ਬਾਹਰ ਖੁੱਲ੍ਹੇ ਵਿੱਚ ਕਈ ਮੀਲਾਂ ਤੱਕ ਘੋੜ ਸਵਾਰੀ ਕਰਨਾ, ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣਾ, ਫੌਜ ਦੀ ਪਰੇਡ ਵੇਖਣਾ ਅਤੇ ਹਰ ਰੋਜ਼ ਦੋਵੇਂ ਵਕਤ ਦਿਨ ਚੜ੍ਹੇ 9 ਵਜੇ ਤੋਂ ਬਾਅਦ ਅਤੇ ਫਿਰ ਦੁਪਹਿਰ ਤੋਂ ਬਾਅਦ ਦਰਬਾਰ ਦੀ ਕਾਰਵਾਈ ਚਲਾਉਣੀ, ਦਾਨ ਕਰਨਾ ਅਤੇ ਜ਼ਰੂਰੀ ਹਦਾਇਤਾਂ ਜਾਰੀ ਕਰਨੀਆਂ, ਪ੍ਰਾਹੁਣਿਆਂ ਅਤੇ ਸਫੀਰਾਂ ਦੇ ਨਾਲ ਮੁਲਾਕਾਤਾਂ ਕਰਨੀਆਂ ਅਤੇ ਨਾਲ ਹੀ ਫੌਜ ਦੇ ਉਤਰਾਅ ਚੜ੍ਹਾਅ ਆਦਿ ਕਾਰਜ ਅਤੇ ਗੱਲਾਂ ਉਹਦੀ ਸਾਰੀ ਉਮਰ ਤੱਕ ਬਿਨਾਂ ਰੁਕੇ ਚੱਲਦੀਆਂ ਰਹੀਆਂ ਸਨ। ਇਹ ਚੀਜ਼ਾਂ ਉਹ ਰੋਜ਼ ਦਾ ਕੰਮ ਸੀ ਉਹਦਾ ਇਹ। ਸੋ ਇਹੋ ਹੀ ਆਦਤ ਮਹਾਰਾਜੇ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਜਾਰੀ ਰੱਖੀ। ਜਦ ਉਹ ਸਖ਼ਤ ਬਿਮਾਰ ਸੀ ਤਾਂ ਉਹ ਅਖੀਰਲੇ ਦਿਨਾਂ ਦੇ ਵਿੱਚ ਜੋ ਸੋਹਣ ਲਾਲ ਸੂਰੀ ਆਪਣੀ ਬੁੱਕ ਦੇ ਵਿੱਚ ਲਿਖਦਾ, ਉਹ ਉਮਦਾਦ ਉਹ ਤਵਾਰੀਖ ਦੇ ਵਿੱਚ ਉਹ ਦੱਸਾਂਗੇ ਤੁਹਾਨੂੰ ਹੁਣ ਆਪਾਂ। ਸੋ 13 ਜੂਨ 1839 ਸ਼ੇਰੇ ਪੰਜਾਬ ਨੇ ਸਵੇਰੇ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਲੰਮੀ ਆਯੂ ਅਤੇ ਸਿਹਤ ਲਈ ਅਰਦਾਸ ਕੀਤੀ। ਫਿਰ ਉਹਨਾਂ ਆਪਣੇ ਭਾਰ ਬਰਾਬਰ ਮੋਹਰਾਂ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਭਜਵਾਈਆਂ, ਜਿਨ੍ਹਾਂ ਦੀ ਕੀਮਤ 1,51,000 ਰੁਪਈਆ ਸੀ, ਅਤੇ ਨਾਲ ਹੀ ਸੁਨਹਿਰੀ ਹਾਵੜੇ ਅਤੇ ਕਾਠੀਆਂ ਵਾਲੇ ਆਪਣੇ ਅਸਤਬਲ ਦੇ ਹਾਥੀ ਅਤੇ ਘੋੜੇ ਵੀ ਦਾਨ ਵਿੱਚ ਦਿੱਤੇ। ਰਾਤ ਨੂੰ ਮਹਾਰਾਜਾ ਕਿਲ੍ਹੇ ਅੰਦਰ ਆਪਣੀ ਫਿਰ ਰਹਿਸ਼ਗਾਹ ਉੱਤੇ ਚਲੇ ਗਏ। ਇਹ 13 ਜੂਨ ਦੀ ਕਾਰਵਾਈ ਹੈ। 14 ਜੂਨ ਤੋਂ 18 ਜੂਨ ਤੱਕ ਮਹਾਰਾਜੇ ਦੀ ਸਿਹਤ ਜਿਹੜੀ ਸੀ ਇਹ ਹੋਰ ਖਰਾਬ ਹੁੰਦੀ ਗਈ ਅਤੇ ਉਹ ਨਿਢਾਲ ਅਤੇ ਕਮਜ਼ੋਰ ਹੁੰਦਾ ਗਿਆ। ਉਹ ਲਗਾਤਾਰ ਬੇਚੈਨੀ ਮਹਿਸੂਸ ਕਰਦਾ ਸੀ, ਪਰ ਵੈਦ ਅਤੇ ਹਕੀਮ ਆਸਵੰਦ ਸਨ ਤਾਂ ਉਹਨਾਂ ਨੂੰ ਸਾਹ ਅਤੇ ਬਲਗਮ ਦੀ ਸ਼ਿਕਾਇਤ ਸੀ ਅਤੇ ਨਾਲ ਹੀ ਪੇਟ ਦੇ ਵਿੱਚ ਉਹਨਾਂ ਨੂੰ ਮਰੋੜ ਵੀ ਉੱਠ ਰਹੇ ਸਨ। ਵੈਦ ਅਤੇ ਹਕੀਮ ਲਗਾਤਾਰ ਉਹਨਾਂ ਦਾ ਖਿਆਲ ਰੱਖ ਰਹੇ ਸਨ। 16 ਜੂਨ ਨੂੰ ਸ਼ੇਰੇ ਪੰਜਾਬ ਬਾਬਾ ਸੁਨੋਖਰ ਅਤੇ ਬਾਬਾ ਬ੍ਰਹਮੀ ਦੇ ਦਰਬਾਰ 'ਚ ਪਹੁੰਚੇ, ਜਿੱਥੇ ਉਹਨਾਂ ਦੀ ਸਿਹਤ ਦੇ ਸੁਧਾਰ ਲਈ ਅਰਦਾਸ ਕੀਤੀ ਗਈ। ਇਸ ਸਮੇਂ ਉਹ ਕੁਝ ਆਰਾਮ 'ਚ ਸਨ ਤਾਂ ਭਾਈ ਗੋਬਿੰਦ ਰਾਮ ਨੇ ਸ਼ੇਰੇ ਪੰਜਾਬ ਨੂੰ ਦੱਸਿਆ ਕਿ ਜੋ 5 ਵਿਦੇਸ਼ੀ ਲਾਹੌਰ ਆਏ ਹੋਏ ਨੇ ਉਹ ਦਰਿਆ ਸਿੰਧ ਦੇ ਸਫ਼ਰ ਲਈ ਕਿਸ਼ਤੀਆਂ ਰਾਹੀਂ ਸ਼ਿਕਾਰਪੁਰ ਪਹੁੰਚਣਾ ਚਾਹੁੰਦੇ ਨੇ, ਇਸ ਲਈ ਉਹ ਪਾਸਪੋਰਟ ਲਈ ਅਰਜ਼ ਕਰ ਰਹੇ ਨੇ ਜੋ ਮਹਾਰਾਜੇ ਦੇ ਹੁਕਮਾਂ ਨਾਲ ਜਾਰੀ ਕਰ ਦਿੱਤੇ ਗਏ। ਤਾਂ ਉਸ ਤੋਂ ਬਾਅਦ ਮਹਾਰਾਜੇ ਨੇ ਸਰਦਾਰ ਅਜੀਤ ਸਿੰਘ ਲਾੜਵਾਂ ਜੋ ਕਰਨਲ ਵੇੜ ਸਮੇਤ ਲਾਹੌਰ ਪਹੁੰਚ ਰਿਹਾ ਸੀ ਉਹਦੇ ਸਵਾਗਤ ਲਈ ਤਾਰਾ ਸਿੰਘ ਹਰੀਆ ਅਤੇ ਇੱਕ ਹੋਰ ਸਰਦਾਰ ਨੂੰ ਹੁਕਮ ਕੀਤਾ ਕਿ ਉਹ ਜਲੰਧਰ ਪਹੁੰਚਣ ਅਤੇ ਇਹਨਾਂ ਨੂੰ 250 ਰੁਪਏ ਅਤੇ ਫਿਰ ਅੰਮ੍ਰਿਤਸਰ ਪਹੁੰਚਣ ਉਪਰੰਤ ਵੀ 250 ਰੁਪਈਏ ਭੇਂਟ ਕੀਤੇ ਜਾਣ। 17 ਜੂਨ ਨੂੰ ਇੱਕ ਫਰਾਂਸੀਸੀ ਡਾਕਟਰ ਵੀ ਮਹਾਰਾਜੇ ਦੇ ਇਲਾਜ ਲਈ ਪਹੁੰਚ ਗਿਆ, ਪਰ ਉਹ ਜ਼ਿਆਦਾ ਆਸਮੰਦ ਨਹੀਂ ਸੀ ਕਿਉਂਕਿ ਮਹਾਰਾਜਾ ਉਹਦੀ ਦਵਾਈ ਨਹੀਂ ਸੀ ਲੈ ਰਿਹਾ, ਜਿਸ 'ਤੇ ਡਾਕਟਰ ਦੁਖੀ ਸੀ ਅਤੇ ਜੇਕਰ ਸ਼ੇਰੇ ਪੰਜਾਬ ਦਵਾਈ ਲੈ ਲੈਂਦਾ ਤਾਂ ਉਹ ਠੀਕ ਹੋ ਸਕਦਾ ਸੀ, ਉਹ ਡਾਕਟਰ ਦਾ ਕਹਿਣਾ ਸੀ। ਤਾਂ ਸ਼ੇਰੇ ਪੰਜਾਬ ਨੇ ਸਰਕਾਰੀ ਕੰਮਕਾਰ 'ਚ ਰੁਚੀ ਲੈਂਦੇ ਹੋਏ ਦੀਵਾਨ ਸਾਵਣ ਮੱਲ ਨੂੰ ਦੁਸਹਿਰੇ ਦੇ ਸੰਬੰਧ 'ਚ ਹੁਕਮ ਜਾਰੀ ਕੀਤਾ। ਮਹਾਰਾਜੇ ਕੋਲ ਨੌਕਰੀ ਲਈ ਆ ਰਹੇ ਵਿਦੇਸ਼ੀ ਅਫਸਰ ਜਿਹਦੇ ਸਮਾਨ ਦੀ ਚੋਰੀ ਹੋ ਗਈ ਸੀ ਉਹਦੇ ਲਈ ਵੀ ਹੁਕਮ ਜਾਰੀ ਕੀਤਾ। ਉਹ ਹੁਕਮ ਸੀ ਕਿ ਉਹਨੂੰ 500 ਰੁਪਏ ਦਾ ਦੁਸ਼ਾਲਾ ਦਿੱਤਾ ਜਾਵੇ ਅਤੇ ਇੱਕ ਹੋਰ ਹੁਕਮ ਜਿਹਦੇ ਮੁਤਾਬਕ ਉਹਦੇ ਸਮਾਨ ਦੀ ਚੋਰੀ ਦੀ ਭਰਪਾਈ ਲਈ ਸਾਹਨੇਵਾਲ ਦਾ ਕਾਰਦਾਰ ਉਹਨੂੰ 500 ਰੁਪਏ ਨਕਦ ਭੇਟ ਕਰੇ। ਕਾਬਲ ਦੀ ਮੁਹਿੰਮ ਦੀ ਸਫਲਤਾ ਅਤੇ ਅੰਗਰੇਜ਼ਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੂੰ ਲਿਖਿਆ ਗਿਆ, ਜੋ ਕਿ ਉਸ ਸਮੇਂ ਉਹ ਪਿਸ਼ਾਵਰ ਡੇਰੇ ਲਈ ਬੈਠਾ ਸੀ। ਹੁਣ ਗੱਲ ਕਰਦੇ ਹਾਂ 19 ਜੂਨ 1839 ਦੀ, ਜੋ ਕਿ ਜੋ 7 ਹਾੜ੍ਹ ਦੇ ਦਿਨ ਸਵੇਰੇ ਖਲੀਫਾ ਨੂਰੋਦੀਨ ਨੇ ਮਹਾਰਾਜੇ ਨੂੰ ਪੁੱਛਿਆ ਕਿ ਉਹ ਕੀ ਲੈਣਾ ਚਾਹੁੰਦੇ, ਜਿਹਦੇ ਉੱਤੇ ਮਹਾਰਾਜੇ ਨੇ ਠੰਡਾ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ। ਕੁਝ ਘੁੱਟ ਪਾਣੀ ਪੀਣ ਅਤੇ ਕੁਝ ਖਾਣ ਤੋਂ ਬਾਅਦ ਮਹਾਰਾਜਾ ਆਪਣੀ ਬੱਗੀ 'ਚ ਬਹਿ ਕੇ ਗੋਰਖਾ ਪਲਟਨ ਅਤੇ ਧੌਂਕੜ ਸਿੰਘ ਦੀ ਰਾਜਮੈਂਟ ਦੀ ਪਰੇਡ ਵੇਖਣ ਲਈ ਚਲੇ ਗਏ। ਤਾਂ ਮਹਾਰਾਜਾ ਨੂੰ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੀ ਚਿੱਠੀ ਮਿਲੀ ਕਿ ਉਹਦੇ ਦਿਲ ਦੇ ਵਿੱਚ ਮਹਾਰਾਜਾ ਨੂੰ ਮਿਲਣ ਦੀ ਬਹੁਤ ਇੱਛਾ ਹੈ,
ਤੇ ਉਹ ਉੱਡ ਕੇ ਪਹੁੰਚਣਾ ਚਾਹੁੰਦਾ ਕਿਉਂਕਿ ਉਹ ਬਹੁਤ ਫਿਕਰਮੰਦ ਹੈ ਪਰ ਉਹ ਸ਼ੇਰੇ ਪੰਜਾਬ ਦੇ ਹੁਕਮ ਖਾਤਰ ਮਜਬੂਰ ਹੈ। ਸੋ ਸਰਕਾਰ ਨੇ ਲਿਖਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਹੋ ਰਹੇ ਨੇ ਅਤੇ ਉਹਨੂੰ ਫਿਕਰ ਨਹੀਂ ਕਰਨਾ ਚਾਹੀਦਾ। ਤਾਂ ਮਹਾਰਾਜੇ ਨੇ ਕੰਵਰ ਲਈ ਭੇਜੀ ਜਾ ਰਹੀ ਚਿੱਠੀ ਉੱਪਰ ਆਪਣੇ ਹੱਥੀਂ ਦਸਖਤ ਕੀਤੇ ਤਾਂ ਕਿ ਉਹਦੀਆਂ ਸਭ ਚਿੰਤਾਵਾਂ ਅਤੇ ਸ਼ੱਕ ਦੂਰ ਹੋ ਜਾਣ ਕਿ ਸਰਕਾਰ ਠੀਕ ਨੇ। ਤਾਂ ਸ਼ੇਰੇ ਪੰਜਾਬ ਨੇ ਪਿਸ਼ਾਵਰ ਤੱਕ ਡਾਕ ਦੇ ਨਿਰਵਿਘਨ ਪਹੁੰਚ ਲਈ ਹੁਕਮ ਜਾਰੀ ਕੀਤੇ ਕਿ ਕੋਈ ਰੁਕਾਵਟ ਨਾ ਆਵੇ, ਨਾ ਹੀ ਚੋਰੀ ਲੁੱਟ ਦੀਆਂ ਘਟਨਾਵਾਂ ਹੋਣ। ਅੱਗੇ ਹੁਣ ਆਉਂਦਾ 20 ਜੂਨ ਦੀ ਕਾਰਵਾਈ। ਤਾਂ 20 ਜੂਨ 1839 ਸ਼ੇਰੇ ਪੰਜਾਬ ਨੂੰ ਅੰਗਰੇਜ਼ ਅਧਿਕਾਰੀ ਮੈਗਨਾਟਨ ਦੀ ਪਿਸ਼ਾਵਰ ਤੋਂ ਭੇਜੀ ਗਈ ਚਿੱਠੀ ਤੋਂ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਕੰਧਾਰ ਫਤਿਹ ਕਰ ਲਿਆ ਅਤੇ ਉਹ ਗਜਨੀ ਅਤੇ ਕਾਬਲ ਵੱਲ ਵਧਣ ਵਾਲੇ ਨੇ। ਇਸ ਚਿੱਠੀ ਦੇ ਜਵਾਬ ਦੇ ਵਿੱਚ ਮਹਾਰਾਜਾ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ। ਸ਼ੇਰੇ ਪੰਜਾਬ ਨੂੰ ਪਿਸ਼ਾਵਰ ਤੋਂ ਜਨਰਲ ਬੈਂਤੂਰਾ ਦੀ ਚਿੱਠੀ ਮਿਲੀ ਜਿਸ 'ਤੇ ਮਹਾਰਾਜਾ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਹੁਕਮ ਜਾਰੀ ਕੀਤੇ। ਦੀਵਾਨ ਕ੍ਰਿਸ਼ਨ ਲਾਲ ਨੂੰ ਹੁਕਮ ਕੀਤਾ ਕਿ ਉਹ ਲਾਹੌਰ ਪਹੁੰਚਣ ਵਾਲੇ 2 ਅੰਗਰੇਜ਼ ਅਧਿਕਾਰੀਆਂ ਦੀ ਅਗਵਾਈ ਕਰੇ। ਨਾਲ ਹੀ ਮਹਾਰਾਜੇ ਨੇ ਸਾਰੀਆਂ ਪਲਟਨਾਂ ਅਤੇ ਤੋਪਖਾਨੇ ਨੂੰ ਹੁਕਮ ਕੀਤਾ ਕਿ ਉਹ ਅਗਲੇ ਦਿਨ ਸਵੇਰ ਨੂੰ ਰੌਸ਼ਨੀ ਦਰਵਾਜ਼ੇ ਪਹੁੰਚਣ। ਤਾਂ 21 ਜੂਨ ਨੂੰ ਕੀ ਹੁੰਦਾ, 21 ਜੂਨ 1839 ਮਤਲਬ ਕਿ 9 ਹਾੜ ਦੀ ਰੌਸ਼ਨੀ ਦਰਵਾਜ਼ੇ ਦੇ ਬਾਹਰ ਜਿੱਥੇ ਸਾਰੇ ਫੌਜੀ ਜਵਾਨਾਂ ਦੇ ਨਾਲ ਹੀ ਸਾਰੇ ਦਰਬਾਰੀ ਸਰਦਾਰ ਅਤੇ ਫੌਜੀ ਅਫਸਰ ਹਾਜ਼ਰ ਸਨ। ਤਾਂ ਸ਼ੇਰੇ ਪੰਜਾਬ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਹੁਕਮ ਕੀਤਾ ਕਿ ਉਹ ਹੁਣ ਤੋਂ ਰਾਜ ਪ੍ਰਬੰਧ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਸ਼ਹਿਜ਼ਾਦਾ ਖੜਕ ਸਿੰਘ ਦੇ ਹੱਥ ਸੌਂਪ ਰਹੇ ਨੇ। ਸਾਰੇ ਸਰਦਾਰ, ਦਰਬਾਰੀ, ਪਲਟਨਾ, ਘੋੜਸਵਾਰ ਅਤੇ ਤੋਪਖਾਨੇ ਉਹਦੇ ਹੁਕਮ ਅਧੀਨ ਚੱਲਣਾ ਖੜਕ ਸਿੰਘ ਦੇ। ਇਸੇ ਤਰ੍ਹਾਂ ਸਭ ਸਟੇਟਾਂ ਦੇ ਸੂਬੇਦਾਰ, ਜਗੀਰਦਾਰ ਵੀ ਉਹਦੇ ਅਧੀਨ ਚੱਲਣ। ਮਹਾਰਾਜੇ ਨੇ ਸਭ ਨੂੰ ਦੱਸਿਆ ਕਿ ਰਾਜਾ ਕਲਾ ਧਿਆਨ ਸਿੰਘ ਨੂੰ ਸ਼ਹਿਜ਼ਾਦੇ ਦੀ ਤਰਫੋਂ ਰਾਜ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਸਭ ਲੋਕ ਸ਼ਹਿਜ਼ਾਦੇ ਅਤੇ ਧਿਆਨ ਸਿੰਘ ਦੇ ਵਫ਼ਾਦਾਰ ਰਹਿਣ। ਇਹ ਤੋਂ ਬਾਅਦ ਸਭ ਨੇ ਸ਼ਹਿਜ਼ਾਦੇ ਅਤੇ ਰਾਜਾ ਕਲਾ ਨੂੰ ਨਜ਼ਰ ਪੇਸ਼ ਕੀਤੀ। ਸੋ ਮਹਾਰਾਜਾ ਨੇ ਸਾਰੇ ਦਰਬਾਰੀ ਨੂੰ ਦੱਸਿਆ ਕਿ ਖੜਕ ਸਿੰਘ ਨੇ ਉਹਨਾਂ ਦੇ ਕਹੇ 'ਤੇ ਹੀ ਧਿਆਨ ਸਿੰਘ ਨੂੰ ਵਜ਼ੀਰੀ ਸੌਂਪੀ ਹੈ, ਜੋ ਸਭ ਉਹਨੂੰ ਸਨਮਾਨ ਦੇਣ। ਧਿਆਨ ਸਿੰਘ ਨੇ ਕਿਹਾ ਡੋਗਰੇ ਨੇ ਕਿ ਉਹਨੇ ਮਹਾਰਾਜ ਦਾ ਨਮਕ ਖਾਧਾ ਅਤੇ ਉਹ ਆਖਰੀ ਸਾਹਾਂ ਤੱਕ ਸ਼ਹਿਜ਼ਾਦਾ ਖੜਕ ਸਿੰਘ ਦਾ ਵਿਸ਼ਵਾਸ ਪਾਤਰ ਰਹੇਗਾ। ਸ਼ਹਿਜ਼ਾਦਾ ਖੜਕ ਸਿੰਘ ਨੇ ਮਹਾਰਾਜਾ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਦਾਨ ਰਾਸ਼ੀ 'ਚ ਸੰਕਲਪ ਲਈ ਜਵਾਲਾਮੁਖੀ ਮੰਦਰ ਨੂੰ ਸੋਨੇ ਦੀ ਸੁਨਹਿਰੀ ਝਲਕ ਦੇਣ ਲਈ ਸੋਨੇ ਦੀਆਂ ਮੋਹਰਾਂ ਭੇਜਣ, ਜਿਹਤੇ ਮਹਾਰਾਜੇ ਵੱਲੋਂ 5,000 ਰੁਪਏ ਦੀਆਂ ਸੋਨੇ ਦੀਆਂ ਮੋਹਰਾਂ ਭੇਜਣ ਦਾ ਹੁਕਮ ਹੋਇਆ। ਤਾਂ ਉਸ ਤੋਂ ਬਾਅਦ 22 ਅਤੇ 23 ਜੂਨ 1839 10 ਹਾੜ ਨੂੰ ਦਿਨ ਸਨਿੱਚਰਵਾਰ ਮਹਾਰਾਜਾ ਫਿਰ ਨਡਾਲ ਹੋ ਗਿਆ ਅਤੇ ਤੇਜ਼ ਬੁਖਾਰ ਦੇ ਨਾਲ ਬੇਹੋਸ਼ੀ 'ਚ ਪਹੁੰਚ ਗਿਆ। ਸਾਰੇ ਦਰਬਾਰੀ ਘਬਰਾ ਗਏ। ਭਾਈ ਰਾਮ ਸਿੰਘ, ਭਾਈ ਗੋਬਿੰਦ ਰਾਮ, ਫਕੀਰ ਅਜੀਜ਼ੂਦੀਨ ਅਤੇ ਹੋਰ ਸਾਰੇ ਹਕੀਮ ਅਤੇ ਵੈਦ ਜੋ ਹਾਜ਼ਰ ਸਨ ਆਪਸ ਵਿੱਚ ਵਿਚਾਰ ਕਰ ਰਹੇ ਸਨ ਕਿ ਮਹਾਰਾਜੇ ਦੀ ਬਿਮਾਰੀ ਉੱਪਰ ਕਿਵੇਂ ਕਾਬੂ ਪਾਇਆ ਜਾਵੇ, ਕਿਉਂਕਿ ਉਹ ਆਪੋ ਆਪਣੀਆਂ ਕਿਤਾਬਾਂ ਅਤੇ ਸਮਝ ਮੁਤਾਬਕ ਬਿਮਾਰੀ ਦੂਰ ਕਰਨ ਦੇ ਸਾਰੇ ਤਰੀਕੇ ਵਰਤ ਚੁੱਕੇ ਸਨ ਅਤੇ ਕੋਈ ਵੀ ਦਵਾਈ ਅਸਰ ਨਹੀਂ ਸੀ ਕਰ ਰਹੀ। ਤਾਂ ਮਹਾਰਾਜਾ ਦੀ ਅਜਿਹੀ ਹਾਲਤ ਵੇਖ ਕੇ ਦਰਬਾਰ ਵੱਲੋਂ ਮਿਸਰ ਮੇਘਰਾਜ, ਫਕੀਰ ਇਮਾਮੂਦੀਨ ਅਤੇ ਹੋਰ ਥਾਣੇਦਾਰਾਂ ਨੂੰ ਲਿਖਿਆ ਗਿਆ ਕਿ ਉਹ ਗੋਬਿੰਦਗੜ੍ਹ ਦੇ ਕਿਲੇ ਦੀ ਹਿਫਾਜ਼ਤ ਬਹੁਤ ਕਰੜੀ ਕਰ ਦੇਣ ਅਤੇ ਕਿਸੇ ਨੂੰ ਵੀ ਅੰਦਰ ਨਾ ਜਾਣ ਦਿੱਤਾ ਜਾਵੇ। ਇਹ ਵੀ ਫੈਸਲਾ ਹੋਇਆ ਕਿ ਮਹਾਰਾਜੇ ਦੀਆਂ ਆਖਰੀ ਰਸਮਾਂ ਲਈ 10 ਲੱਖ ਰੁਪਏ ਰੱਖੇ ਜਾਣ। ਅਤੇ ਹੋਇਆ ਕਿ ਮਹਾਰਾਜੇ ਦੀਆਂ ਜਦੋਂ ਆਖਰੀ ਰਸਮਾਂ ਹੋਈਆਂ ਤਾਂ 10 ਲੱਖ ਰੁਪਈਏ ਅਤੇ ਮਹਾਰਾਜ ਦੇ ਨਾਂ 'ਤੇ ਦਾਨ ਦੇਣ ਲਈ 100 ਘੋੜੇ, ਜਿਨ੍ਹਾਂ ਦੀਆਂ ਕਾਠੀਆਂ ਅਤੇ ਰਕਾਬਾਂ ਅਤੇ ਵਾਗਾਂ ਉਹਨਾਂ ਦੀਆਂ ਘੋੜਿਆਂ ਦੀਆਂ ਵਾਗਾਂ ਜਿਹੜੀਆਂ ਹੁੰਦੀਆਂ ਉਹ ਸੋਨੇ ਅਤੇ ਚਾਂਦੀ ਦੀਆਂ ਹੋਣ ਅਤੇ ਨਾਲ ਹੀ 500 ਗਾਵਾਂ ਦਾ ਪ੍ਰਬੰਧ ਕੀਤਾ ਜਾਵੇ। ਲਾਹੌਰ ਅਤੇ ਖਾਸ ਕਰਕੇ ਹਜ਼ੂਰੀ ਬਾਗ ਦੇ ਸਾਰੇ ਗੇਟਾਂ 'ਤੇ ਸਖ਼ਤ ਪਹਿਰਾ ਕੀਤਾ ਜਾਵੇ। ਜਦ ਅਜਿਹੀ ਖਬਰ ਸ਼ਹਿਰ ਦੇ ਲੋਕਾਂ ਦੇ ਕੰਨਾਂ 'ਚ ਪਈ ਤਾਂ ਸਾਰੇ ਪਾਸੇ ਸੋਗ ਅਤੇ ਮਾਤਮ ਜਿਹਾ ਮਾਹੌਲ ਬਣ ਗਿਆ। ਦੁਪਹਿਰ ਬਾਅਦ ਮਹਾਰਾਜੇ ਨੂੰ ਹੋਸ਼ ਆ ਗਈ ਅਤੇ ਉਹਨਾਂ ਟਾਈਮ ਪੁੱਛਿਆ ਕਿ ਕੀ ਹੋਇਆ। ਤਾਂ ਮਹਾਰਾਜੇ ਨੇ ਆਪ ਹੀ ਸੁਚੇਤਾ ਕਰਾਉਣ ਦਾ ਹੁਕਮ ਜਾਰੀ ਕਰਵਾ ਦਿੱਤਾ ਅਤੇ ਸਭ ਪਾਸੇ ਖੁਸ਼ੀ ਦੀ ਲਹਿਰ ਫੈਲ ਗਈ। ਸੁਚੇਤੇ ਤੋਂ ਬਾਅਦ ਮਹਾਰਾਜਾ ਨੇ ਸਾਜਕਾਰਾਂ ਉਹਨੂੰ ਬੁਲਾ ਕੇ ਸੰਗੀਤ ਸੁਣਿਆ। ਫਿਰ ਮਹਾਰਾਜੇ ਨੇ ਕਰਨਲ ਜੌਨ ਹੋਮਜ਼ ਨੂੰ ਹੁਕਮ ਕੀਤਾ ਕਿ ਉਹ ਰਾਤੋ ਰਾਤ ਲਾਹੌਰ ਤੋਂ ਮਾਰਚ ਕਰਦਾ ਹੋਇਆ ਆਪਣੀ ਪਲਟਣ ਅਤੇ 250 ਸਵਾਰਾਂ ਅਤੇ ਕੋਈ ਤੋਪਾਂ ਸਮੇਤ ਜਲਦੀ ਨਾਲ ਅੰਮ੍ਰਿਤਸਰ ਪਹੁੰਚ ਜਾਵੇ ਅਤੇ ਗੋਬਿੰਦਗੜ੍ਹ ਦੇ ਕਿਲੇ ਦੇ ਮੁੱਖ ਪ੍ਰਵੇਸ਼ ਉੱਪਰ ਕਬਜ਼ਾ ਕਰਦੇ ਹੋਏ
किसी भी सरदार नूं भावें वह महाराज का नज़दीकी जां रिश्तेदार होवे अंदर नहीं जाण देना। तो हीरा सिंह नूं हुकम किया कि वह अनारकली दे मकबरे कोल डेरा ला लवे। ध्यान सिंह ने महाराज की सहमति नाल फैसला किया कि वह अपना संकल्प खुद अपने मुबारक हत्थां नाल कर देण जिहा कि महाराजा वर्गे महान बादशाह की शान मुताबक किया जाए। इसते मिसर बेली राम के अधीन तोशेखाने चो 12,000 रुपए 21 लखना गहने 21 लखना गहने मोतियां दी माला 1100 कंगन अते होर बहुत सारे हीरे जवाहरात अते गहने बस्तर 11 सोने अते हीरे जड़त तलवारां सोने ते चांदी दे बर्तन 8 सोने दीयां मुंदरियां 51 सोने दीयां कुर्सियां 1 चांदी दी कुर्सी 2 हाथी जिन्हां दे हावड़े सोने ते चांदी दे सन 19 घोड़े जिन्हां दीयां काठियां वागां अते रकाबां सोने अते चांदी दीयां सन। अते इसे तरह होर बहुत सारा कीमती समान मिसर लाल सिंह दे स्टोर चों 10,000 रुपए कढ़वाए तां जो सारा समान दान किया जाए। ध्यान सिंह ने जमादार खुशहाल सिंह नूं लिखिया कि इस समय उस जहे सारे पुराने दरबारी महाराज के कोल होने चाहिए ने क्योंकि महाराज की तबीयत बहुत ही खराब है। सरकार नूं रात नूं कुछ खाणा सरकार ने रात नूं कुछ खाणा खाधा कुश्ता खाण तों बाद सौण लई उह लेट गए। सो इस रात राजा ध्यान सिंह सरदार अजीत सिंह संधावालिया हीरा सिंह भाई राम सिंह ते गोविंद राम फकीर अजीजुद्दीन ते मिसर राम कृष्ण ये सारे महाराज के कोल रुके रहे अते पहरा दिंदे रहे पर महाराजा नूं नींद नहीं सी आ रही अते ओ सारी रात उन्होंने बेचैनी अते तकलीफ च अंदर घुम बाहर घुम या फिर लेट के गुजारी। सो 23 जून नूं तड़के सवेरे महाराजे ने अपनी बग्घी लई इशारा किया ते उहदे विच बह के बाहर निकल गए। ਤਾਂ ਉੱਥੇ ਜਿੱਥੇ ਉਹਨਾਂ ਨੇ 51,000 ਰੁਪਈਏ ਸੋਨਾ ਚਾਂਦੀ ਘੋੜੇ ਬਸਤਰ ਆਦਿ ਹੋਰ ਬਹੁਤ ਕੀਮਤੀ ਚੀਜ਼ਾਂ ਦਾਨ ਕੀਤੀਆਂ। ਤਾਂ ਸ਼ੇਰੇ ਪੰਜਾਬ ਦੀ ਬਿਮਾਰੀ ਕਈ ਵਾਰ ਬਹੁਤ ਵੱਧ ਜਾਂਦੀ ਸੀ ਕਈ ਵਾਰ ਕੰਟਰੋਲ 'ਚ ਰਹਿੰਦੀ ਸੀ ਪਰ ਇਹ ਰੋਕਣ ਵਿੱਚ ਨਹੀਂ ਸੀ ਆ ਰਹੀ। ਸਭ ਪਰਮਾਤਮਾ ਅੱਗੇ ਅਰਦਾਸ ਹੀ ਕਰ ਰਹੇ ਸਨ। ਕੁਝ ਚਿਰ ਬਾਅਦ ਮਹਾਰਾਜਾ ਫਿਰ ਬੇਹੋਸ਼ੀ ਦੇ ਆਲਮ ਵਿੱਚ ਪਹੁੰਚ ਗਿਆ। ਤਾਂ ਰਾਜਾ ਧਿਆਨ ਸਿੰਘ ਜੋ ਇਸ ਸਮੇਂ ਇਸ਼ਨਾਨ ਅਤੇ ਜਲਪਾਨ ਕਰਨ ਲਈ ਘਰ ਗਿਆ ਹੋਇਆ ਸੀ ਤਾਂ ਅਜੀਤ ਸਿੰਘ ਨੇ ਭੱਜਦੇ ਹੋਏ ਮਹਾਰਾਜੇ ਦੀ ਇਸ ਹਾਲਤ ਬਾਰੇ ਉਹਨੂੰ ਖਬਰ ਦਿੱਤੀ। ਲਾਹੌਰ ਦੇ ਸਾਰੇ 12 ਦਰਵਾਜ਼ੇ ਬੰਦ ਕਰਵਾ ਦਿੱਤੇ ਗਏ। ਸਭ ਸਰਦਾਰ ਅਤੇ ਦਰਬਾਰੀ ਕਹਿ ਲਈਏ ਵੀ ਫਿਰ ਮਾਤਮ 'ਚ ਆ ਗਏ। ਪਰ ਦੁਪਹਿਰ ਨੂੰ ਸ਼ੇਰੇ ਪੰਜਾਬ ਫਿਰ ਹੋਸ਼ 'ਚ ਆ ਗਿਆ ਅਤੇ ਪਹਿਲਾਂ ਵਾਂਗ ਕਾਇਮ ਹੋ ਗਿਆ ਪਰ ਉਹ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਗੋਬਿੰਦ ਰਾਮ ਭਾਈ ਰੂਪਾ ਅਤੇ ਭਾਈ ਬ੍ਰਹਮੀ ਦੇ ਕੋਲ ਗਿਆ ਅਤੇ ਦੱਸਿਆ ਕਿ ਉਹਨਾਂ ਦੀ ਦਵਾਈ ਅਸਰ ਨਹੀਂ ਕਰ ਰਹੀ। ਉਹਨੇ ਉਹਨਾਂ ਕੋਲ ਪ੍ਰਸਿੱਧੀ ਪ੍ਰਾਪਤ ਹਕੀਮਾਂ ਨੂੰ ਕਿਹਾ ਕਿ ਪਰਮਾਤਮਾ ਨੇ ਉਹਨਾਂ ਦੇ ਹੱਥਾਂ 'ਚ ਸ਼ਫਾ ਬਖਸ਼ੀ ਹੈ ਅਤੇ ਉਹ ਇਸ ਕਿੱਤੇ ਦੇ ਮਾਹਰ ਨੇ ਉਹ ਕਿਰਪਾ ਕਰਨ ਅਤੇ ਮਹਾਰਾਜੇ ਨੂੰ ਤੰਦਰੁਸਤ ਕਰਨ। ਸ਼ਾਮ ਨੂੰ ਫਿਰ ਹਾਲਤ ਖਰਾਬ ਹੋ ਗਈ। ਇਸ ਰਾਤ ਭਾਈ ਗੋਬਿੰਦ ਰਾਮ ਰਾਜਾ ਧਿਆਨ ਸਿੰਘ ਫਕੀਰ ਸਿੰਘ ਅਜੀਤ ਸਿੰਘ ਅਤੇ ਹੀਰਾ ਸਿੰਘ ਜੋ ਕਿ ਉਸ ਸਮੇਂ ਹਾਜ਼ਰ ਸਨ ਇਹ ਜਾਗਦੇ ਰਹੇ। ਹੁਣ ਗੱਲ ਕਰਦੇ ਹਾਂ 24 ਜੂਨ 1839 ਦੀ। ਤਾਂ 12 ਹੜ੍ਹ ਨੂੰ ਸਵੇਰੇ ਜਦ ਮਹਾਰਾਜ ਦੀ ਨਬਜ਼ ਟੋਹੀ ਤਾਂ ਹਕੀਮ ਅਤੇ ਵੈਦ ਝੂਮ ਉੱਠੇ ਕਿ ਪਰਮਾਤਮਾ ਦੀ ਕਿਰਪਾ ਹੋਈ ਮਹਾਰਾਜਾ ਠੀਕ ਹੋ ਰਹੇ ਨੇ। ਤਾਂ ਮਹਾਰਾਜਾ ਬੱਗੀ 'ਚ ਸਵਾਰ ਹੋ ਕੇ 12 ਦਰੀ ਬਾਗ 'ਚ ਗਏ ਅਤੇ ਵਾਪਸ ਆ ਕੇ ਰੋਸ਼ਨੀ ਦਰਵਾਜ਼ੇ ਦੇ ਕੋਲ ਇੱਕ ਸਾਧੂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਫਿਰ ਉਹਨਾਂ ਦਾਨ ਦਕਸ਼ਿਣਾ ਕੀਤੀ ਪਰ ਉਹ ਫਿਰ ਕੁਝ ਚਿਰ ਬਾਅਦ ਬੇਹੋਸ਼ੀ 'ਚ ਚਲੇ ਗਏ। ਤਾਂ ਮਹਾਰਾਜਾ ਨੇ ਦਰਬਾਰ ਦੀ ਕਾਰਵਾਈ ਚਲਾਈ, ਹਾਲਾਤ ਦਾ ਜਾਇਜ਼ਾ ਲਿਆ। ਜਮਾਦਾਰ ਖੁਸ਼ਹਾਲ ਸਿੰਘ ਜਦ ਮਹਾਰਾਜੇ ਨੂੰ ਆ ਕੇ ਮਿਲਿਆ ਤਾਂ ਸ਼ੇਰੇ ਪੰਜਾਬ ਨੇ ਪਿਸ਼ਾਵਰ ਦੇ ਹਾਲਾਤ ਬਾਰੇ ਹੱਥ ਦੇ ਇਸ਼ਾਰੇ ਨਾਲ ਉਹ ਤੋਂ ਪੁੱਛਿਆ। 25 ਜੂਨ 1839। ਸੋ 24 ਦੀ ਰਾਤ ਨੂੰ ਕੁਝ ਹਲਕਾ ਭੋਜਨ ਕਰਨ ਤੋਂ ਬਾਅਦ ਮਹਾਰਾਜਾ ਸੌਂ ਕੇ ਸਵੇਰੇ ਜਾਗ ਪਏ ਪਰ ਕਮਜ਼ੋਰੀ ਕਾਰਨ ਉਹਨਾਂ ਦੀ ਬੱਗੀ 'ਚ ਬੈਠ ਕੇ ਬਾਹਰ ਸੈਰ ਕਰਨ ਦੀ ਹਿੰਮਤ ਨਾ ਪਈ। ਧਿਆਨ ਸਿੰਘ ਨੇ ਮਹਾਰਾਜੇ ਨੂੰ ਮਹਿਲ ਅੰਦਰ ਜਾਣ ਦੀ ਸਲਾਹ ਦਿੱਤੀ ਪਰ ਉਹ ਨਾ ਮੰਨੇ ਅਤੇ ਬੇਹੋਸ਼ ਹੋ ਗਏ। ਜਦ ਦਿਨ ਦਾ ਪਹਿਲਾ ਪਹਿਰ ਬੀਤ ਗਿਆ ਤਾਂ ਉਹ ਫਿਰ ਕਾਇਮ ਹੋ ਗਏ ਅਤੇ ਕੁਝ ਖਾਣ ਤੋਂ ਬਾਅਦ ਲੇਟ ਗਏ। ਫਿਰ ਉਹ ਦਾਨ ਪੁੰਨ 'ਚ ਲੱਗ ਗਏ। ਉਹ ਕਦੇ ਕੁਰਸੀ ਉੱਪਰ ਬੈਠ ਜਾਂਦੇ, ਕਦੇ ਬੇਚੈਨੀ ਕਾਰਨ ਲੇਟ ਜਾਂਦੇ। ਧਿਆਨ ਸਿੰਘ ਇੱਕ ਹਕੀਮ ਨੂੰ ਜੋ ਜਲੰਧਰ ਤੋਂ ਸੀ ਮਹਾਰਾਜੇ ਤੱਕ ਲੈ ਕੇ ਆਇਆ ਪਰ ਮਹਾਰਾਜੇ ਨੇ ਉਹਦੀ ਦਵਾਈ ਲੈਣ ਤੋਂ ਪਹਿਲਾਂ ਇਸ਼ਾਰਾ ਕੀਤਾ ਕਿ ਦਵਾਈ ਪਹਿਲਾਂ ਕਿਸੇ ਹੋਰ ਨੂੰ ਖਵਾਈ ਜਾਵੇ। ਜਿਹਦੇ ਉੱਤੇ ਦੀਵਾਨ ਦੇਵੀ ਦੱਤਾ ਨੂੰ ਇਹ ਦਵਾਈ ਖਵਾਈ ਗਈ। ਰਾਤ ਮਹਾਰਾਜਾ ਨੇ ਬੇਚੈਨੀ 'ਚ ਕੱਟੀ। ਮਹਾਰਾਜ ਦੀ ਨਬਜ਼ ਡੁੱਬਦੀ ਜਾ ਰਹੀ ਸੀ ਜਿਹਦੇ ਕਾਰਨ ਹਕੀਮ ਅਤੇ ਵੈਦ ਬੇਆਸ ਹੋ ਗਏ। 26 ਜੂਨ 1839 ਸਵੇਰ ਨੂੰ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ
ਕਰਨ ਪਹੁੰਚੇ ਅਤੇ ਚੜਾਵਾ ਚੜਾਇਆ। ਸਾਰੇ ਸਰਦਾਰ ਮਹਾਰਾਜ ਦੀ ਲਗਾਤਾਰ ਨਿੱਘਰ ਰਹੀ ਹਾਲਤ ਕਾਰਨ ਚਿੰਤਾ 'ਚ ਸਨ। ਧਿਆਨ ਸਿੰਘ ਨੇ ਦੀਵਾਨ ਦੇਵੀ ਦੱਤਾ ਨੂੰ ਦਿੱਤੀ ਦਵਾਈ ਤੋਂ ਅਸਰ ਜਾਣਨਾ ਚਾਹਿਆ, ਜਿਹਦੇ ਕਿਹਾ ਕਿ ਉਹਨੂੰ ਅਜਿਹੀ ਹੀ ਬਿਮਾਰੀ ਤੋਂ ਕੁਝ ਰਾਹਤ ਹੋਈ ਹੈ। ਜਿਸ 'ਤੇ ਸਭ ਨੇ ਰਲ ਕੇ ਸਲਾਹ ਕੀਤੀ ਕਿ ਸਰਕਾਰ ਨੂੰ ਇੱਕ ਵਾਰ ਜਲੰਧਰ ਵਾਲੇ ਹਕੀਮ ਦੀ ਦਵਾਈ ਜ਼ਬਰਦਸਤੀ ਦੇ ਦਿੱਤੀ ਜਾਵੇ ਅਤੇ ਫਿਰ ਸਭ ਕੁਝ ਪਰਮਾਤਮਾ ਉੱਪਰ ਛੱਡ ਦਿੱਤਾ ਜਾਵੇ। ਤਾਂ ਮਹਾਰਾਜੇ ਨੇ ਇਹ ਸੁਣ ਕੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਦਵਾਈ ਦੂਰ ਰੱਖਣ ਲਈ ਇਸ਼ਾਰਾ ਕੀਤਾ। ਪਰ ਧਿਆਨ ਸਿੰਘ ਨੇ ਮਹਾਰਾਜ ਨੂੰ ਕਿਹਾ ਕਿ ਇਹ ਦਵਾਈ ਨਹੀਂ ਬਲਕਿ ਚਰਨ ਅੰਮ੍ਰਿਤ ਹੈ, ਅਤੇ ਮਹਾਰਾਜੇ ਦਾ ਮੂੰਹ ਉਂਗਲਾਂ ਨਾਲ ਖੋਲ੍ਹ ਕੇ ਦਵਾਈ ਪਾ ਦਿੱਤੀ। ਕੁਝ ਚਿਰ ਬਾਅਦ ਮਹਾਰਾਜੇ ਨੂੰ ਕੁਝ ਆਰਾਮ ਮਹਿਸੂਸ ਹੋਣ ਲੱਗਾ, ਜਿਹ 'ਤੇ ਭਾਈ ਰੂਪਾ ਅਤੇ ਭਾਈ ਬ੍ਰਹਮੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਪਏ। ਤਾਂ ਭਾਈ ਗੋਬਿੰਦ ਰਾਮ ਨੇ ਮਹਾਰਾਜੇ ਨੂੰ ਕਿਹਾ ਕਿ ਉਹ ਪਰਮਾਤਮਾ ਦਾ ਧਿਆਨ ਕਰਨ। ਮਹਾਰਾਜੇ ਨੇ ਇਸ਼ਾਰੇ ਨਾਲ ਕਿਹਾ ਕਿ ਉਹ ਠੀਕ ਨੇ ਅਤੇ ਫਿਕਰ ਨਾ ਕਰਨ। ਗੋਬਿੰਦ ਰਾਮ ਨੇ ਕਿਹਾ ਕਿ ਮਹਾਰਾਜਾ ਸਾਹਿਬ ਹੋਰ ਦਾਨ ਕਰਨ, ਪਰ ਉਹਨੂੰ ਦੱਸਿਆ ਗਿਆ ਕਿ ਸਰਕਾਰ 8 ਲੱਖ ਰੁਪਏ ਦਾ ਪਹਿਲਾਂ ਹੀ ਧਾਰਮਿਕ ਸਥਾਨਾਂ ਦੇ ਨਾਂ ਦਾਨ ਕਰ ਚੁੱਕੇ ਨੇ। ਪਰ ਮਹਾਰਾਜ ਦੇ ਇਸ਼ਾਰੇ ਨਾਲ 21 ਲੱਖ 'ਚੋਂ 8 ਲੱਖ ਰੁਪਏ ਦਾ ਹੋਰ ਦਾਨ ਕਰਵਾਇਆ ਗਿਆ। ਇਸ ਕਾਰਜ ਤੋਂ ਬਾਅਦ ਫਿਰ ਬਿਮਾਰੀ ਦਾ ਜ਼ੋਰ ਵੱਧ ਗਿਆ, ਜਿਹ 'ਤੇ ਸਭ ਰੋਣ ਲੱਗ ਪਏ। ਇਸ ਨਾਜੁਕ ਘੜੀ ਸਰਕਾਰ ਨੇ ਆਪਣੀ ਕਮਰ ਤੋਂ ਉਹ ਹਥਿਆਰ ਜਿਨ੍ਹਾਂ ਦੀ ਧਾਂਕ ਸਾਰੀ ਦੁਨੀਆ 'ਚ ਸੀ ਉਤਾਰਨੇ ਸ਼ੁਰੂ ਕਰਤੇ ਅਤੇ ਗੜਬਈਆਂ ਨੂੰ ਦਿੰਦੇ ਹੋਏ ਕਿਹਾ ਕਿ ਇਹਨਾਂ ਉਹਨਾਂ ਦੀਆਂ ਆਖਰੀ ਘੜੀਆਂ ਨੇੜੇ ਆ ਰਹੀਆਂ ਨੇ। ਮਹਾਰਾਜਾ ਨੂੰ ਫਿਰ ਉਹਨਾਂ ਦੇ ਨਾਂ ਕਰਨ 'ਤੇ ਵੀ ਦਵਾਈ ਦੇ ਦਿੱਤੀ ਗਈ। ਤਾਂ ਮਹਾਰਾਜੇ ਨੇ ਬੁਖਾਰ ਨਾਲ ਆਪਣੇ ਤਾਪਰੇ ਸਰੀਰ ਉੱਪਰ ਗੰਗਾ ਜਲ ਦਾ ਇੱਕ ਘੜਾ ਪਾਉਣ ਲਈ ਇਸ਼ਾਰਾ ਕੀਤਾ, ਜਿਹ 'ਤੇ ਉਹਨਾਂ ਨੂੰ ਕੁਝ ਰਾਹਤ ਮਹਿਸੂਸ ਕੀਤੀ ਉਹਨਾਂ ਨੇ। ਤਾਂ ਮਹਾਰਾਜ ਦੇ ਇਸ਼ਾਰੇ 'ਤੇ ਗੰਗਾ ਜਲ ਵਾਲੇ 4 ਸੋਨੇ ਅਤੇ ਚਾਂਦੀ ਦੇ ਬਣੇ ਹੋਏ ਘੜੇ ਵੀ ਦਾਨ ਕੀਤੇ ਗਏ। ਇਹ ਤੋਂ ਬਾਅਦ 51 ਗਾਵਾਂ, 1100 ਸੋਨੇ ਦੀਆਂ ਮੋਹਰਾਂ, ਤੇਜ਼ ਰਫ਼ਤਾਰ ਘੋੜੇ, ਕੀਮਤੀ ਵਸਤਰ ਸੰਕਲਪ 'ਚ ਦਿੱਤੇ ਗਏ। ਧਿਆਨ ਸਿੰਘ ਦੇ ਪੁੱਛਣ ਉੱਪਰ ਕਿ ਘੋੜੇ ਕਿੱਥੇ ਭੇਜੇ ਜਾਣ, ਤਾਂ ਮਹਾਰਾਜ ਦਾ ਇਸ਼ਾਰਾ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ। ਤਾਂ ਮਹਾਰਾਜਾ ਫਿਰ ਨੀਂਦਮਾ ਚਲੇ ਗਿਆ ਅਤੇ ਧਿਆਨ ਸਿੰਘ ਨੇ ਮਹਾਰਾਜੇ ਲਈ ਪਰੋਸੇ ਗਏ ਭੋਜਨ 'ਚੋਂ ਕੁਝ ਹਿੱਸਾ ਮਹਿਲ 'ਚ ਭਿਜਵਾ ਦਿੱਤਾ ਅਤੇ ਸੁਨੇਹਾ ਭੇਜਿਆ ਕਿ ਮਹਾਰਾਜਾ ਨੇ ਛਕ ਲਿਆ ਤਾਂ ਕਿ ਮਹਿਲ ਦੀਆਂ ਔਰਤਾਂ ਜੋ 2 ਦਿਨ ਤੋਂ ਭੁੱਖੀਆਂ ਸਨ ਉਹ ਵੀ ਕੁਝ ਖਾ ਲੈਣ। ਧਿਆਨ ਸਿੰਘ ਨੇ ਆਪਣੀ ਸਮਝ ਅਨੁਸਾਰ ਮਹਾਰਾਜੇ ਦਾ ਆਖਰੀ ਵੇਲਾ ਨਜ਼ਦੀਕ ਆਉਣ ਕਰਕੇ ਸੰਦਲ ਦੀ ਲੱਕੜੀ ਖਰੀਦਣ ਲਈ ਹਰੀ ਸਿੰਘ ਠੇਕੇਦਾਰ ਨੂੰ ਆਰਡਰ ਕੀਤਾ। ਤਾਂ ਭਾਈ ਗੋਬਿੰਦ ਰਾਮ ਨੇ ਕਿਹਾ ਕਿ ਮਹਾਰਾਜਾ ਕਿਹਾ ਕਰਦੇ ਸਨ ਕਿ ਕੋਹੇਨੂਰ ਹੀਰੇ ਨੂੰ ਕੋਈ ਬਾਦਸ਼ਾਹ ਆਪਣੇ ਨਾਲ ਨਹੀਂ ਲਿਜਾ ਸਕੇ। ਹੁਣ ਜਦ ਕਿ ਉਹ ਰਾਜ ਪ੍ਰਬੰਧ ਖੜਕ ਸਿੰਘ ਦੇ ਹਵਾਲੇ ਕਰ ਚੁੱਕੇ ਨੇ, ਦੂਜੀਆਂ ਵਸਤਾਂ ਵਾਂਗ ਇਹ ਹੀਰਾ ਵੀ ਜਗਨਨਾਥ ਮੰਦਰ ਭਿਜਵਾ ਦੇਣਾ ਚਾਹੀਦਾ। ਤਾਂ ਮਹਾਰਾਜੇ ਨੇ ਵੀ ਇਸ਼ਾਰੇ ਨਾਲ ਇਹਦੀ ਤਸਦੀਕ ਕੀਤੀ। ਇਸ 'ਤੇ ਗੋਬਿੰਦ ਰਾਮ ਨੇ ਧਿਆਨ ਸਿੰਘ ਨੂੰ ਅਜਿਹਾ ਕਰਨ ਲਈ ਕਿਹਾ, ਪਰ ਉਹਨੇ ਆਖਿਆ ਕਿ ਇਸ ਬਾਰੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਕਿਹਾ ਜਾਵੇ। ਜਦ ਖੜਕ ਸਿੰਘ ਨੂੰ ਹੁਕਮ ਹੋਇਆ ਤਾਂ ਉਹਨੇ ਕਿਹਾ ਕਿ ਇਹ ਮਿਸਰ ਬੇਲੀ ਰਾਮ ਕੋਲ ਹੈ। ਇਹ 'ਤੇ ਮਿਸਰ ਨੂੰ ਜਮਾਦਾਰ ਖੁਸ਼ਹਾਲ ਸਿੰਘ ਨੇ ਇਹ ਹੀਰਾ ਦੇਣ ਲਈ ਕਿਹਾ, ਪਰ ਉਹਨੇ ਕਿਹਾ ਕਿ ਇਹ ਅੰਮ੍ਰਿਤਸਰ ਵਿਖੇ ਹੈ। ਖੁਸ਼ਹਾਲ ਸਿੰਘ ਨੇ ਮਿਸਰ ਬੇਲੀ ਰਾਮ ਨੂੰ ਵਿਅੰਗ ਕਰਦੇ ਹੋਏ ਕਿਹਾ ਕਿ ਉਹ ਕਹਿਣਾ ਚਾਹੁੰਦਾ ਹੈ ਕਿ ਹੁਣ ਸਭ ਕੁਝ ਦਾ ਮਾਲਕ ਖੜਕ ਸਿੰਘ ਹੈ, ਜੋ ਗੱਲ ਮਹਾਰਾਜ ਨੂੰ ਵੀ ਬੁਰੀ ਲੱਗੀ। ਤਾਂ ਇਸ 'ਤੇ 2 ਲੱਖ ਦੇ ਹੀਰੇ, ਜਵਾਹਰਾਤ, 2 ਕੀਮਤੀ ਹਾਥੀ ਅਤੇ 5 ਲੱਖ ਰੁਪਏ ਸੰਕਲਪ 'ਚ ਭੇਟ ਕੀਤੇ ਗਏ। ਇਹ ਤੋਂ ਬਾਅਦ ਸਰਕਾਰ ਨੇ ਆਪਣੀ ਨਿੱਜੀ ਪਹਿਰਾਵੇ ਵਾਲੇ ਹੀਰੇ, ਜਵਾਹਰਾਤ, ਮੋਤੀ ਆਦਿ ਸਭ ਦਾਨ ਲਈ ਦੇ ਦਿੱਤੇ ਅਤੇ ਰਾਤ ਬੇਆਰਾਮੀ 'ਚ ਗੁਜ਼ਾਰੀ। ਪਹਿਰ ਰਾਤ ਉਹਨਾਂ ਨੂੰ ਕੁਝ ਆਰਾਮ ਮਿਲਿਆ ਤਾਂ ਭਾਈ ਗੋਬਿੰਦ ਰਾਮ, ਧਿਆਨ ਸਿੰਘ ਅਤੇ ਹੋਰ ਜੋ ਸਨ ਸਾਰੇ ਇਹ ਜਾਗ ਰਹੇ ਸਨ। ਤਾਂ ਇਹ ਬਾਰਵਾਂ ਸੌਣ ਲਈ ਚਲੇ ਗਏ। ਤਾਂ ਕਨ੍ਹਈਆ ਲਾਲ ਆਪਣੀ ਕਿਤਾਬ ਤਾਰੀਖੇ ਪੰਜਾਬ 'ਚ ਸਫ਼ਾ 349 ਉੱਪਰ ਲਿਖਦਾ ਕਿ ਮਹਾਰਾਜ ਦੀ ਬਿਮਾਰੀ ਦੀ ਹਾਲਤ ਵਿੱਚ ਆਖਰੀ ਸਮੇਂ ਕੁੱਲ ਮਿਲਾ ਕੇ 22 ਲੱਖ ਰੁਪਈਏ ਨਕਦ ਅਤੇ 25 ਲੱਖ ਦਾ ਮਾਲ ਅਸਵਾਬ ਦਾਨ ਵਜੋਂ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਲਈ ਭੇਜਿਆ ਗਿਆ। ਆਮ ਲੋਕਾਂ ਨੂੰ ਦਾਨ ਕੀਤਾ ਸੀ। ਇਹ ਤੋਂ ਇਲਾਵਾ 250 ਮਣ ਘਿਓ ਜਵਾਲਾ ਜੀ ਦੇ ਮੰਦਰ ਭੇਜਿਆ ਗਿਆ ਸੀ। 27 ਜੂਨ 1739 15 ਹਾੜ ਦਾ ਦਿਨ ਵੀਰਵਾਰ ਰਾਤ ਦਾ ਜਦ 1 ਪਹਿਰ ਰਹਿੰਦਾ ਸੀ ਤਾਂ ਮਹਾਰਾਜ ਦੇ ਪੇਟ ਵਿੱਚ ਮਰੋੜ ਉੱਠਿਆ ਅਤੇ ਜੰਗਲ ਪਾਣੀ ਜਾਣਾ ਪਿਆ। ਉਹਨਾਂ ਨੇ ਭਾਈ ਗੋਬਿੰਦ ਰਾਮ ਨੂੰ ਯਾਦ ਕੀਤਾ ਅਤੇ ਬੇਹੋਸ਼ ਹੋ ਗਏ। ਸੇਵਾਦਾਰਾਂ ਨੇ ਜਲਦੀ ਹੀ ਗੋਬਿੰਦ ਰਾਮ ਨੂੰ ਬੁਲਾ ਲਿਆ। ਉਹ ਦੌੜਦੇ ਹੋਏ ਆਏ ਅਤੇ ਪਹੁੰਚਣ ਉਪਰੰਤ ਮਹਾਰਾਜਾ ਨੂੰ ਧੀਰਜ ਦਿੱਤਾ ਅਤੇ ਅਰਜ਼ ਕੀਤੀ ਕਿ ਸਰਕਾਰ ਮਨ ਨਾਰਾਇਣ ਨਾਲ ਜੋੜਨ। ਦਿਨ ਚੜ੍ਹਦੇ ਸਰਕਾਰ ਨੂੰ 3 ਘੰਟਿਆਂ ਅੰਦਰ 9 ਵਾਰ ਮਰੋੜ ਉੱਠਣ ਕਾਰਨ ਜੰਗਲ ਪਾਣੀ ਜਾਣਾ ਪਿਆ ਅਤੇ ਉਹਨਾਂ ਦਾ ਸਰੀਰ ਨਿਢਾਲ ਹੋ ਗਿਆ ਅਤੇ ਨਬਜ਼ ਨੇ ਰੁਕਣਾ ਸ਼ੁਰੂ ਕਰਤਾ। ਇਹ ਜਾਣ ਕੇ ਫਕੀਰ ਅਜੀਜ਼ੂਦੀਨ ਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ। ਉਹਨੇ ਕਿਹਾ ਕਿ ਉਹ ਪੱਕਾ ਮੁਸਲਮਾਨ ਹੈ ਅਤੇ ਝੂਠ ਨਹੀਂ ਬੋਲੇਗਾ, ਜੋ ਮਹਾਰਾਜ ਦੀ ਆਖਰੀ ਘੜੀ ਆ ਚੁੱਕੀ ਹੈ ਉਹ ਕਹਿੰਦਾ। ਇਹ ਸੁਣ ਕੇ ਗੋਬਿੰਦ ਰਾਮ ਨੇ ਕਿਹਾ ਕਿ ਉਹ ਤਾਂ ਸਰਕਾਰ ਦੀ ਕਿਸ਼ਤੀ ਦਾ ਮਲਾਹ ਹੈ, ਜਦ ਤੱਕ ਉਹਦੇ ਹੱਥ ਚੱਲਦੇ ਰਹਿਣਗੇ ਉਹਨੂੰ ਬੇਅਸ ਨਹੀਂ ਹੋਣਾ ਚਾਹੀਦਾ ਅਤੇ ਰੱਬ ਉੱਪਰ ਭਰੋਸਾ ਰੱਖਦੇ ਹੋਏ ਉਹਦਾ ਧਿਆਨ ਕਰੇ। ਫਕੀਰ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਅਥਰੂ ਪੂੰਹਦੇ ਹੋਏ ਕਿਹਾ ਕਿ ਉਸਨੂੰ ਅੱਲਾਹ ਤਾਲਾ ਤੋਂ ਬੇਅਸ ਨਹੀਂ ਹੋਣਾ ਚਾਹੀਦਾ। ਪਰ ਉਸ ਸਮੇਂ ਸਭ ਦੀਆਂ ਅੱਖਾਂ 'ਚ ਅਥਰੂ ਸਨ ਅਤੇ ਕਈ ਰੋ ਰਹੇ ਸਨ। ਫਕੀਰ ਅਜੀਜ਼ੂਦੀਨ
ਉੱਥੇ ਮਹਾਰਾਜੇ ਕੋਲ ਹੋਰ ਠਹਿਰਨ ਦੀ ਹਿੰਮਤ ਨਾ ਜੁਟਾ ਸਕਿਆ ਅਤੇ ਬਾਹਰ ਆ ਗਿਆ। ਹੁਣ ਧਿਆਨ ਸਿੰਘ, ਭਾਈ ਰਾਮ ਸਿੰਘ, ਭਾਈ ਗੋਬਿੰਦ ਰਾਮ ਸਭ ਨੇ ਫੈਸਲਾ ਕੀਤਾ ਕਿ ਅਗਲੀ ਕਾਰਵਾਈ ਸ਼ਹਿਜ਼ਾਦਾ ਖੜਕਿੰਦ ਦੇ ਹੁਕਮ ਮੁਤਾਬਕ ਹੋਵੇਗੀ। ਨਾਲ ਹੀ ਕਮਰ ਸ਼ੇਰ ਸਿੰਘ ਨੂੰ ਜਲਦੀ ਲਾਹੌਰ ਪਹੁੰਚਣ ਲਈ ਇਤਲਾਹ ਭੇਜ ਦਿੱਤੀ ਗਈ ਅਤੇ ਕਿਹਾ ਕਿ ਉਹ ਦੁਖੀ ਨਾ ਹੋਣ। ਦੁਪਹਿਰ ਨੂੰ ਸ਼ੇਰੇ ਪੰਜਾਬ ਨੂੰ ਕੁਝ ਹੋਸ਼ ਆ ਗਈ ਅਤੇ ਉਹ ਉੱਠ ਕੇ ਬੈਠ ਗਿਆ ਅਤੇ ਇਸ਼ਾਰਾ ਕੀਤਾ ਕਿ ਉਹ ਬਹੁਤ ਪੀੜ ਅਤੇ ਬੇਚੈਨੀ ਵਿੱਚ ਨੇ। ਇਸ ਸਮੇਂ ਉਹਨਾਂ ਦਾ ਇੱਕ ਹੱਥ ਭਾਈ ਗੋਬਿੰਦ ਰਾਮ ਦੇ, ਦੂਜਾ ਹੱਥ ਭਾਈ ਗੁਰਮੁਖ ਸਿੰਘ ਦੇ ਹੱਥਾਂ ਵਿੱਚ ਸੀ, ਜੋ ਦੋਵੇਂ ਨਬਜ਼ ਟਟੋਲ ਰਹੇ ਸਨ, ਜੋ ਕਿ ਛੁੱਟਦੀ ਜਾ ਰਹੀ ਸੀ। ਭਾਈ ਗੋਬਿੰਦ ਰਾਮ ਨੇ ਧਿਆਨ ਸਿੰਘ ਨੂੰ ਲੈਂਪ ਜਗਾਉਣ ਲਈ ਇਸ਼ਾਰਾ ਕੀਤਾ ਕਿਉਂਕਿ ਸਰਕਾਰ ਦਾ ਆਖਰੀ ਸਮਾਂ ਨਜ਼ਦੀਕ ਸੀ। ਇਸ 'ਤੇ ਰਾਜਾ ਧਿਆਨ ਸਿੰਘ ਨੇ ਭਾਈ ਨੂੰ ਰੱਬ 'ਤੇ ਭਰੋਸਾ ਰੱਖਣ 'ਤੇ ਅਜਿਹਾ ਨਾ ਕਹਿਣ ਲਈ ਕਿਹਾ ਤਾਂ ਭਾਈ ਗੁਰਮੁਖ ਸਿੰਘ ਨੇ ਵੀ ਕਿਹਾ ਕਿ ਮਹਾਰਾਜਾ ਠੀਕ ਨੇ ਅਤੇ ਨਬਜ਼ ਚੱਲ ਰਹੀ ਹੈ, ਪਰ ਗੋਬਿੰਦ ਰਾਮ ਨੇ ਕਿਹਾ ਕਿ ਉਹ ਅਜਿਹਾ ਕੁਦਰਤ ਵਰਤਾਰਾ ਦੇਖਦਾ ਰਿਹਾ ਹੈ, ਕੁਦਰਤ ਦਾ ਵਰਤਾਰਾ, ਅਤੇ ਬਿਨਾਂ ਡਰ ਅਤੇ ਝਿਜਕਦੇ ਸੱਚ ਕਹਿ ਰਿਹਾ ਹੈ। ਉਸੇ ਵਕਤ ਰਾਮਨਗਰ ਤੋਂ ਰਾਜਾ ਸੁਚੇਤ ਸਿੰਘ ਆ ਪਹੁੰਚਿਆ ਅਤੇ 500 ਰੁਪਏ ਅਤੇ 21 ਸੋਨੇ ਦੀਆਂ ਮੋਹਰਾਂ ਦਾ ਸਰਕਾਰ ਦੇ ਸਿਰ ਤੋਂ ਸਿਰਵਾਰਨਾ ਕੀਤਾ ਅਤੇ ਭਾਈ ਗੋਬਿੰਦ ਰਾਮ ਨੇ ਜ਼ੋਰ ਨਾਲ ਬੋਲ ਕੇ ਮਹਾਰਾਜਾ ਨੂੰ ਉਹਦੇ ਪਹੁੰਚਣ ਬਾਰੇ ਦੱਸਿਆ, ਜਿਹਦੇ ਸਰਕਾਰ ਨੇ ਅੱਖਾਂ ਖੋਲ੍ਹੀਆਂ ਅਤੇ ਉਸ ਉੱਪਰ ਨਜ਼ਰ ਮਾਰਦੇ ਹੋਏ ਬੰਦ ਕਰ ਲਈਆਂ। ਤਾਂ ਮਹਾਰਾਜ ਦੀ ਨਜ਼ਰ ਨਬਜ਼ ਬੰਦ ਹੁੰਦੀ ਵੇਖ ਕੇ ਉਹਨਾਂ ਨੂੰ ਤੰਬੂ 'ਚ ਲਟਾ ਦਿੱਤਾ ਗਿਆ ਅਤੇ ਇਹ ਬਿਸਤਰ ਉਹਨਾਂ ਲਈ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ, ਜਿਹਦੇ ਉੱਪਰ ਦਸ਼ਾਲਾ, ਤੁਲਸੀ ਦੇ ਪੱਤੇ ਅਤੇ ਸੋਨੇ ਦੀਆਂ ਮੋਹਰਾਂ ਸਨ ਅਤੇ ਕੋਲ ਸੋਨੇ ਦਾ ਲੈਂਪ ਜਗ ਰਿਹਾ ਸੀ, ਜੋ ਇਹ ਸਭ ਚੀਜ਼ਾਂ ਵੀ ਬਾਅਦ ਵਿੱਚ ਦਾਨ ਕਰ ਦਿੱਤੀਆਂ ਗਈਆਂ। ਫਿਰ ਉਹਨਾਂ ਨੂੰ ਲੱਕੜ ਦੇ ਸਟੂਲ ਉੱਪਰ ਬਿਠਾਉਂਦਿਆਂ ਹੋਏ ਦਹੀਂ ਅਤੇ ਗੰਗਾ ਜਲ, ਕਹਿ ਲਈਏ ਵੀ ਉਹਨਾਂ ਨਾਲ ਕੇਸੀ ਇਸ਼ਨਾਨ ਕਰਾਇਆ ਗਿਆ ਅਤੇ ਨਵੇਂ ਵਸਤਰ ਪਹਿਨਾਏ ਗਏ ਸਨ। ਇਸ ਆਖਰੀ ਸਮੇਂ ਭਾਈ ਗੋਬਿੰਦ ਰਾਮ ਨੇ ਮਹਾਰਾਜੇ ਨੂੰ ਉਹਨਾਂ ਦੇ ਕੰਨ ਕੋਲ 3 ਵਾਰ ਰਾਮ ਰਾਮ ਕਹਿਣ ਲਈ ਕਿਹਾ, ਪਰ ਸਰਕਾਰ ਸਿਰਫ 2 ਵਾਰ ਹੀ ਕਹਿ ਸਕਿਆ। ਇਸ ਤਰ੍ਹਾਂ ਦਿਨ ਦੇ 3 ਪਹਿਰ ਉਹ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉੱਥੇ ਪਹੁੰਚੇ ਹੋਏ ਸਾਰੇ ਸ਼ਹਿਜ਼ਾਦਾ ਖੜਕ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ, ਹੀਰਾ ਸਿੰਘ, ਜਮਾਦਾਰ ਖੁਸ਼ਹਾਲ ਸਿੰਘ, ਅਜੀਤ ਸਿੰਘ, ਰਾਜਾ ਦੀਨਾ ਨਾਲ ਸਭ ਰੋ ਰਹੇ ਸਨ। ਜਿਸ ਤਰ੍ਹਾਂ ਜੋ ਵਾਹਿਗੁਰੂ ਨੂੰ ਮਨਜ਼ੂਰ ਸੀ, ਪੰਜਾਬ ਦੀ ਸਮੂਹ ਪਰਜਾ ਲਈ ਇਹ ਅਸਹਿ ਦੁਖਦਾਈ ਭਾਣਾ ਸੀ, ਪਰ ਕੁਝ ਇਤਿਹਾਸਕ ਹਵਾਲਿਆਂ 'ਚ ਸੰਕੇਤ ਇਹ ਵੀ ਮਿਲਦਾ ਕਿ ਦਸੰਬਰ 1838 ਨੂੰ ਪਹਿਲਾਂ ਫਿਰੋਜ਼ਪੁਰ ਅਤੇ ਫਿਰ ਅੰਮ੍ਰਿਤਸਰ ਅਤੇ ਲਾਹੌਰ ਲਾਰਡ ਔਕਲੈਂਡ ਗਵਰਨਰ ਜਨਰਲ ਨਾਲ ਮਿਲਣੀ ਸਮੇਂ ਅੰਗਰੇਜ਼ਾਂ ਨੇ ਸ਼ਰਾਬ ਦੇ ਵਿੱਚ ਜ਼ਹਿਰ ਮਿਲਾ ਕੇ ਮਹਾਰਾਜ ਨੂੰ ਪਿਲਾਤਾ ਸੀ, ਜਿਹਦੇ ਉੱਤੇ ਕਈ ਸਮਕਾਲੀ ਸ਼ਾਇਰਾਂ ਨੇ ਵੀ ਲਿਖਿਆ। ਹਾਂਜੀ, ਸੋ ਇੱਦਾਂ ਕਹਿ ਦਈਏ ਵੀ ਕਹਿ ਸਕਦੇ ਦਗਾ ਵੀ ਹੋ ਸਕਦਾ ਹੈ ਕੀਤਾ ਹੋਵੇ ਅੰਗਰੇਜ਼ਾਂ ਨੇ। ਠੀਕ ਹੈ ਜੀ, ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ 15 ਦਿਨ। ਠੀਕ ਹੈ ਜੀ, ਅਤੇ ਉਹਦੇ ਅੰਤ ਸਮੇਂ ਉਹਨਾਂ ਨੇ ਕੀ ਕੀਤਾ। ਸੋ ਮਿਲਦੇ ਹਾਂ ਅਗਲੀ ਵੀਡੀਓ, ਜਦੋਂ ਤੱਕ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।